केंद्र सरकार वल्लों नौजवानों लई लियांदा नवां कानून अग्निपथ योजना दे खिलाफ। जिथे पूरे भारत वर्ष च प्रदर्शन हो रहे हन, उत्थे किसान मजदूर संघर्ष कमेटी वल्लों दित्ते सद्दे दे मद्देनज़र अज हर जिले हर जोन विच प्रधानमंत्री नरेंद्र मोदी दे पुतले फूके जा रहे हन। उत्थे अज जोन श्री गुरु अंगद देव जी वल्लों, जोन प्रधान मुख्तियार सिंह बिहारीपुर अते जोन सकत्तर सतनाम सिंह खोजकीपुर दी अगवाही हेठ लिंक रोड रैया दे खडूर साहब अड्डा भलाईपुर डोगरा पठा चौंक विखे जोरदार प्रदर्शन किया अते प्रधानमंत्री मोदी का पुतला फूक के केंद्र सरकार के खिलाफ जोरदार नारेबाजी करते हुए अग्निपथ बगरा काला कानून तुरंत वापस लैन लई मंग कीती। इस मौके उक्त आगुआ ने बोलदिया कहा कि देश दे हकूमत कर रही भारतीय जनता पार्टी अते इस दे प्रधान मंत्री नरेंद्र मोदी दी सरकार नूं देश दे लोकां ने वड्डियां आसां लैके भारी बहुमत नाल देश दी बागडोर सौंपी सी। खडूर साहिब तों जोगिंदर सिंह दी LVS न्यूज़ लई खास रिपोर्ट। ਤੁਹਾਨੂੰ ਧਰਨੇ ਲਾਉਣੇ ਪਏ ਜਾਂ ਬਹੁਤ ਵੱਡਾ ਸੰਘਰਸ਼ ਕਰਨਾ ਪਿਆ, ਨੌਜਵਾਨਾਂ ਦਾ ਸਾਥ ਤੁਸੀਂ ਦਿਓਗੇ ਯੂਨੀਅਨ ਦੀ? ਬਿਲਕੁਲ, ਨੌਜਵਾਨਾਂ ਦਾ ਸਾਥ ਅਸੀਂ ਦੇਵਾਂਗੇ, ਕਿਉਂਕਿ ਇਹ ਆਪਣੀ ਜਨਰੇਸ਼ਨ ਆ। ਇਹਨਾਂ ਵਾਸਤੇ ਅਸੀਂ ਦਿਨ ਰਾਤ ਕਮਾਈ ਕਰਦੇ ਹਾਂ, ਦਿਨ ਰਾਤ ਇਹਨਾਂ ਦੇ ਹੱਕਾਂ ਵਾਸਤੇ ਸੜਕਾਂ 'ਤੇ ਬਹਿੰਦੇ ਹਾਂ, ਰੇਲਾਂ 'ਤੇ ਬਹਿੰਦੇ ਹਾਂ। ਕਿਉਂ ਨਹੀਂ ਇਹਨਾਂ ਦੀ ਮਦਦ ਕਰਾਂਗੇ? ਇਹ ਸਾਡੇ ਬੱਚੇ ਆ, ਸਾਨੂੰ ਇਹਨਾਂ ਵਾਸਤੇ ਕੁਰਬਾਨੀ ਕਰਨੀ ਪਵੇ, ਸਾਨੂੰ ਆਪਣਾ ਸੀਸ ਦੇਣਾ ਪਵੇ, ਉਹ ਵੀ ਦੇਵਾਂਗੇ, ਪਰ ਇਹ ਕਾਨੂੰਨ ਜਿਹੜੇ ਆ ਲਾਗੂ ਨਹੀਂ ਹੋਣ ਦੇਵਾਂਗੇ। ਮੈਂ ਹਰਜਿੰਦਰ ਸਿੰਘ ਘੱਗੇ, ਪ੍ਰੈਸ ਕਤਰ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਇਹਨਾਂ ਵਿੱਚ ਕੀ ਗੱਲ, ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਦੀ ਥਾਂ 'ਤੇ ਉਹਨਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ, ਇਸਦਾ ਕੀ ਕਾਰਨ ਹੈ? ਨਿਰਾਸ਼ਾ ਦਾ ਕਾਰਨ ਇਹ ਆ ਜੀ, ਜਦੋਂ ਕੋਈ ਭਿੱਖ ਨਾ ਅੱਗੇ, ਜਿਹੜਾ ਭਿੱਖ ਧੁੰਦਲਾ ਹੋ ਗਿਆ ਸਾਰਾ, 4 ਸਾਲ ਨੌਕਰੀ ਕਰਕੇ ਬੱਚਾ ਕਿਹੜੇ ਬਣੇ ਜਾਊਗਾ? 4 ਸਾਲ ਦੀ ਨੌਕਰੀ ਕੁਛ ਵੀ ਨਹੀਂਗੀ, 4 ਸਾਲ ਸਰਕਾਰ ਤੋਂ ਜੀ, 4 ਸਾਲ ਨੌਕਰੀ ਕਰਕੇ ਮੁੰਡਿਆਂ ਨੂੰ ਘਰ ਭੇਜ ਦਿਓ, ਨਾ ਕੋਈ ਪੈਨਸ਼ਨ, ਨਾ ਕੋਈ ਉਹਨੂੰ TA/CA ਜੋ ਵੀ ਉਹਨੇ ਮੈਡੀਕਲ ਸਹੂਲਤ ਮਿਲਦੀ ਹੈ, ਨਾ ਕੋਈ ਮਿਲਣੀ ਆ, ਅਤੇ ਭਵਿੱਖ ਧੁੰਦਲਾ ਹੋ ਗਿਆ, ਅਤੇ ਬੱਚੇ ਆਟੋਮੈਟਿਕ ਹੀ ਵਿਰੋਧ ਬੱਚਿਆਂ ਦਾ ਵੱਧ ਗਿਆ ਇਹ ਪਾਸੇ। ਬੱਚੇ ਪੜ੍ਹੇ ਲਿਖੇ ਹੁੰਦੇ, ਉਹਨੂੰ ਪਤਾ ਸਾਡਾ ਭਵਿੱਖ ਸਾਡਾ ਬਹੁਤ ਖਰਾਬ ਹੋ ਜਾਊਗਾ। ਹਿਸਾਬ ਨਾਲ ਜਿੰਨੇ ਬੱਚੇ ਟ੍ਰੇਨਿੰਗ ਲੈ ਕੇ ਸਾਰੇ ਸਾਰੇ ਗੈਂਗਸਟਰ ਬਣ ਜਾਣੇ ਆ, ਕੋਈ ਵਿਰਲੇ 100 ਚੋਂ 5-10 ਬੱਚੇ ਹੋਣਗੇ ਜਿਹੜੇ ਆਪਣੇ ਘਰ ਦਾ ਹੋਰ ਕੋਈ ਘਰੇਲੂ ਆਪਣਾ ਕੰਮ ਕਾਰ ਕਰਨਗੇ। ਲਗਭਗ ਸਾਰੇ ਬੱਚੇ ਜਿਹੜੇ ਉਹ ਗੈਂਗਸਟਰ ਹੀ ਬਣਨਗੇ। ਜਿਹੜੀ ਸਰਕਾਰਾਂ ਨੀਤੀ ਆ, ਉਹ ਨੀਤੀ ਸਰਕਾਰਾਂ ਦੀ ਉਹੀ ਆ ਵੀ ਗੈਂਗਸਟਰ ਬਣਾ ਕੇ ਇਹਨਾਂ ਨੂੰ ਗੋਲੀਆਂ ਮਾਰ ਕੇ ਭੁੰਦੋ ਅਤੇ ਕੰਮ ਕੰਮ ਕਾ ਦਿਓ।